ਤੁਹਾਨੂੰ ਨੇ ਅਕਲ ਕਿੰਨੀ ਦਿੱਤੀ ਆ? चार बच्चे दी मां आ, चार बच्चे हरेक महीने साल बाद बच्चा पैदा किया आ, बड़ी चंगी गल है। सो तुसी ये नहीं समझ रहे कि जिम्मेवारी बच्चे पर तुहाडी की है? किस औरत नू ये नहीं पता कि धीआं ब्याहण वालियां और मेरे को चार बच्चे आ, ਇਹ ਨਹੀਂ ਔਰਤ ਨੂੰ ਪਤਾ ਕਿ ਕਿੰਨਾ ਸਮਾਂ ਹੋ ਗਿਆ ਮੈਨੂੰ ਮਿਲਿਆ ਨੂੰ, ਗੱਲ ਕੀਤੀ ਨੂੰ, ਸਵਾਹ ਹੈ ਇਹੋ ਜਿਹੀ ਮਾਂ ਦੇ। ਇਹ ਕਿੱਦਾਂ ਦੀ ਮਾਂ ਹੈ? ਇਹਨੂੰ ਇਹ ਨਹੀਂ ਪਤਾ ਕਿ ਮੈਂ ਕਿੰਨਾ ਟਾਈਮ, ਬਹੁਤ ਟਾਈਮ, ਕਾਫੀ ਟਾਈਮ ਹੋ ਗਿਆ ਇੱਦਾਂ ਕੱਲੀ ਜਾਂਦੀ ਹੈ। ਹੈਗੀ ਆ ਲਾਈਨ ਤੇ ਇਹ? ਹਾਂਜੀ ਕਰੋ ਗੱਲ ਭੈਣ ਜੀ, ਕਰੋ ਗੱਲ। ਹੈਲੋ, ਹਾਂਜੀ, ਹਾਂ ਭੈਣ ਜੀ, ਕਿੱਦਾਂ ਦੀ ਮਾਂ ਆ ਤੂੰ? ਜਿਹਨੂੰ ਤੈਨੂੰ ਇਹ ਨਹੀਂ ਪਤਾ ਹੈਗਾ ਕਿ ਮੈਂ ਆਪਣੇ ਬੱਚੇ ਦੇਖਣ ਕਿੰਨਾ ਟਾਈਮ ਹੋ ਗਿਆ, ਤੂੰ ਮਾਂ ਤੂੰ ਹੀ ਆ ਬੱਚਿਆਂ ਦੀ? ਹੈਗੇ ਸਾਡੇ ਬੱਚੇ ਹੈਗੇ ਕਿ ਨਹੀਂ, ਤੁਸੀਂ ਕਿਹੜੀਆਂ ਗੱਲਾਂ ਕਰਦੇ ਤੁਸੀਂ ਇਦਾਂ? ਹਾਂਜੀ, ਬੱਚੇ ਸਾਡੇ ਹੈਗੇ ਆ, ਬੱਚੇ 10 ਮਿੰਟ ਸਕੂਲੋਂ ਲੇਟ ਹੋ ਜਾਣ ਤਾਂ ਅਸੀਂ ਜਾ ਕੇ ਰੋਡ ਤੇ ਖੜ ਜੀ ਤਾਂ ਵੀ ਕਿਉਂ ਨਹੀਂ ਆਈ ਸਕੂਲ? ਨਹੀਂ, ਤੁਸੀਂ ਹੁਣ ਗਾਂ ਪੂਰਾ ਜ਼ਿੰਦਗੀ ਦਾ ਮਜ਼ਾ ਮੰਡੋ, ਤੁਸੀਂ 50 ਸਾਲ ਦੇ ਵਿੱਚ ਮਜ਼ਾ ਪੂਰਾ ਮਾਰ ਲਿਆ, ਚਾਰ ਬੱਚਿਆਂ ਨੂੰ ਜਨਮ ਦਿੱਤਾ, ਹਰੇਕ ਸਾਲ ਬੱਚਿਆਂ ਨੂੰ ਤੁਸੀਂ ਪੈਦਾ ਕਰਦੇ ਰਹੇ ਆ, ਇਸ ਸਾਲ ਬੱਚਾ ਫੇ ਹੋ ਗਿਆ, ਦੂਜੇ ਸਾਲ ਫੇ ਹੋ ਗਿਆ, ਤੀਜੇ ਫੇ ਹੋ ਗਿਆ, ਚੌਥੇ ਫੇ ਹੋ ਗਿਆ, ਜੇ ਤੁਸੀਂ 5 ਮਿੰਟ ਦੇ 5ਵਾਂ ਖੋਰ ਹੋ ਜਾਣਾ ਸੀ ਤੁਹਾਡੇ। ਸੋ ਆਓ ਪਬਲਿਕ ਓਪੀਨੀਅਨ ਵਿੱਚ ਤੁਹਾਨੂੰ ਕੀ ਲੱਗਦਾ, ਇਹਨਾਂ ਦੀ ਵਾਈਫ ਨੇ ਵੀ ਗੱਲਬਾਤ ਕੀਤੀ ਆ, ਇਹ ਵਾਈਫ ਜਿਹੜੀ ਆ ਹੁਣ ਇਕੱਲੀ ਰਹਿੰਦੀ ਆ, ਜਿੱਥੇ ਰਹਿੰਦੀ ਆ ਉੱਥੇ ਉਹ ਮਰਦ ਹੋ ਰਹਿੰਦੇ ਨੇ ਹੋਰ, ਜਾਂ ਔਰਤਾਂ ਰਹਿੰਦੀਆਂ ਉੱਥੇ ਹੋਰ? ਪਰ ਆਪਣੇ ਸਰਬਜੀਤ ਮੈਨੂੰ ਦੱਸੋ। ਹਾਂਜੀ, ਉੱਥੇ ਮਾਮਾ ਧੀ ਰਹਿੰਦੀਆਂ, ਉੱਥੇ ਮਤਲਬ ਔਰਤਾਂ ਹੀ ਆ ਜੀ, ਉੱਥੇ ਇਕੱਲੀਆਂ ਔਰਤਾਂ ਨੇ, ਮਰਦ ਨੀ ਗੇ? ਹਾਂਜੀ। ਕੰਮ ਕੀ ਆ ਉੱਥੇ? ਨਹੀਂ ਜੀ, ਨਹੀਂ ਜੀ। ਉੱਥੇ ਕੰਮ ਕੀ ਕਰਦੀ ਤੁਹਾਡੀ ਵਾਈਫ? ਜਿੱਦਾਂ ਜਿੱਦਾਂ ਵੀ ਖਾਣਾ ਖੁਣਾ ਬਣਾਉਂਦੇ, ਜਿੱਦਾਂ ਝਾੜੂ ਪੋਚਾ ਕਰਨਾ, ਮਤਲਬ ਕਿਸੇ ਘਰ ਵਿੱਚ ਕੰਮ ਕਰਦੀਆਂ? ਹਾਂਜੀ ਹਾਂਜੀ ਹਾਂਜੀ। ਜਿਹੜਾ ਘਰ ਆ ਉਹ ਆਪਣੇ ਇੰਡੀਅਨ ਦਾ ਆ ਜਾਂ ਕਿਸੇ ਦੂਜੀ ਕੰਟਰੀ ਦੇ ਲੋਕਾਂ ਦਾ ਆ? ਨਹੀਂ ਨਹੀਂ ਨਹੀਂ, ਇੱਥੇ ਇਹਨਾਂ ਦੇ ਲੋਕਾਂ ਦਾ ਜੀ। ਉਹਦੀ ਜਿਹੜੀ ਉਹ ਕੁੜੀ ਉੱਥੇ ਰਹਿੰਦੀ ਆ, ਜਿਹੜੀ ਇਸਦਾ ਮਾਮਾ ਧੀ ਹੈਗੀਆਂ, ਉਹਨਾਂ ਦੀ ਭੈਣ ਇੱਥੇ ਰੋਮਾ ਰਹਿੰਦੀ ਆ, ਉਹ ਵਿਆਹੀ ਆ ਇੱਕ, ਤੇ ਇੱਕ ਹੋਰ ਆ ਜੀ ਉਹ ਨਾਪੋ ਦੀ ਰਹਿੰਦੀ ਆ। ਤੁਹਾਡੇ ਤੋਂ ਕਿੰਨੀ ਦੂਰ ਹੈ? ਮੇਰੇ ਕੋਲ ਦੇਖੋ ਜੀ ਆਪਣੇ ਲੱਗੇ ਜਾਂਦੇ ਆ 7-8 ਘੰਟੇ ਜੀ। 7-8 ਘੰਟੇ ਦੂਰ ਰਹਿੰਦੇ ਨੇ ਤੁਹਾਨੂੰ? ਤੁਸੀਂ ਕਦੇ ਸ਼ਰਾਬ ਪੀ ਕੇ ਆਪਣੀ ਤੁਸੀਂ ਆਪਣੀ ਵਾਈਫ ਨੂੰ ਸ਼ਰਾਬ ਪੀ ਕੇ ਕੁੱਟਿਆ ਕਦੇ? ਨਹੀਂ ਜੀ, ਨਹੀਂ ਨਹੀਂ ਜੀ। ਕਦੇ ਹੱਥ ਚੁੱਕਿਆ ਹੋਵੇ? ਨਹੀਂ ਨਹੀਂ ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਜੀ। ਹਾਂ ਜੀ, ਨਹੀਂ ਪੁਲਿਸ ਨੇ ਤੁਹਾਨੂੰ ਰੋਕਿਆ ਹੋਇਆ ਕਿ ਤੁਸੀਂ ਆਪਣੀ ਵਾਈਫ ਦੇ ਕੋਲ ਜਾ ਨਹੀਂ ਸਕਦੇ? ਦੇਖੋ ਜੀ, ਮੈਂ ਜਾਣਾ ਚਾਹੁੰਦਾ, ਮੈਂ ਇਹਨੂੰ ਫੋਨ ਕਰਦਾ, ਮੈਂ ਕਿਹਾ ਮੈਂ ਆਇਆ ਹੈਗਾ, ਇਹ ਮੈਨੂੰ ਮਨਾ ਕਰ ਦਿੰਦਾ ਵੀ ਹਾਲੇ ਨਾ ਆਇਓ, ਵੀ ਨਿਆਣੇ ਉੱਥੇ ਰਹਿੰਦੇ, ਜਿੰਨੇ ਦੇਖੋ ਕੋਈ ਗੱਲ ਨਹੀਂ ਹੁੰਦੀ, ਤੇ ਹਾਲੇ ਮਿਲੇ ਹੋਣਾ ਮੈਨੂੰ। ਮੇਰਾ ਸਵਾਲ ਇਹ ਆ ਕਿ ਪੁਲਿਸ ਨੇ ਤੁਹਾਨੂੰ ਕੋਈ ਰਿਸਟ੍ਰਿਕਸ਼ਨ ਲਾਈਆਂ ਹੋਈਆਂ ਔਰ ਆਰਡਰ ਤੁਹਾਨੂੰ ਦਿੱਤੇ ਹੋਏ ਆ ਕਿ ਤੁਸੀਂ ਆਪਣੀ ਵਾਈਫ ਤੋਂ ਇੰਨੇ ਕਿਲੋਮੀਟਰ ਦੂਰ ਰਹਿਣਾ? ਕੋਈ ਕਾਰਨ ਹੈ, ਕੋਈ ਲਾਪਰਵਾਹੀ ਤੁਹਾਡੀ ਵਰਤੀ ਗਈ ਆ ਬੱਚਿਆਂ ਪ੍ਰਤੀ? ਮੈਨੂੰ ਪਤਾ ਨੀ ਜੀ, ਹੁਣ ਮੈਨੂੰ ਤਾਂ ਪਤਾ ਨੀ ਜੀ, ਮੈਂ ਨਾਲ ਗਿਆ ਮੈਂ ਤੁਹਾਨੂੰ ਦੱਸਾਂ ਜੀ ਆਹ ਕਾਰਨ ਆ ਕੀ ਲਿਖਾਇਆ ਹੈਗਾ ਇਹਨੇ। ਤੁਸੀਂ ਕੁਝ ਲੁਕੋ ਰਹੇ ਹੋ, ਤੁਸੀਂ ਕੁਝ ਛੁਪਾ ਰਹੇ। ਤੁਹਾਡਾ ਆ ਜਿਹੜਾ ਛੋਟਾ ਬੱਚਾ ਉਹ ਕਿੰਨੀ ਉਮਰ ਦਾ ਆ? ਜਿਹੜਾ ਸਭ ਤੋਂ ਛੋਟਾ ਬੱਚਾ ਆ ਸਰ, ਉਹਦੀ ਉਮਰ ਕਿੰਨੀ ਆ? ਉਹਦੇ ਆਪਣੇ ਉਹਦੇ ਸੱਤ ਦਾ ਜਨਮ ਆ ਜੀ। ਕਿੰਨੀ ਉਮਰ ਹੋਈ ਸਰ? ਕਿੰਨੀ ਉਮਰ ਦਾ ਹੋਇਆ ਬੱਚਾ? ਤਿੰਨੇ ਬੱਚੇ ਰਹਿੰਦੇ ਆ, ਤੇ ਇਹ ਬੱਚਿਆਂ ਦੀ ਮਾਂ ਉਹਨਾਂ ਨੂੰ ਮਿਲਣ ਜਾਂਦੀ ਆ ਕਿ ਇਹ ਵੀ ਨੀ ਮਿਲ ਸਕਦੀ? ਮਿਲਦੀ ਆ ਜੀ, ਇਹ ਮਿਲਦੀ ਆ, ਇਹਨੇ ਜੋ ਲਿਖਾਇਆ ਮੈਨੂੰ ਸੱਚ ਦੱਸ ਦੇ, ਜਦੋਂ ਵਕੀਲ ਕੀਤਾ ਜੀ, ਜੋ ਵਾਲੀ ਹੋਰ ਮਤਲਬ ਸਮਝਾਉਂਦਾ ਹੈਗਾ, ਤੇ ਜੇ ਵਾਲੀ ਵਕੀਲ ਕੀਤਾ ਜੀ ਆਉਂਦੀ ਨੀ ਗੱਲ ਸੁਣਦੀ ਨੀ, ਜਿੱਦਾਂ ਕਰੀ ਜਾਂਦੀ ਹੈ। ਠੀਕ ਹੈ ਜੀ।
जिस करके थोड़े बच्चे दूर ने थोड़े बच्चे जेड़े ने कोर्ट ने हुक्म दिते गए ने कि तुसी मिल नहीं सकते कोई रीजन है तुसी मतलब बच्चे थोड़े हथा विच सेफ नहीं है जिस करके कोर्ट वालों ऑर्डर आए ਤੁਸੀਂ ਦੱਸ ਨਹੀਂ ਰਹੇ ਸੱਚ ਮੈਂ ਕਾਲ ਲੈਣਾ ਚਾਹਾਂਗਾ ਹਾਂਜੀ ਨੰਬਰ 1 ਕਾਲਰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਭਾਜੀ ਇਹਨੂੰ ਪੁੱਛੋ ਵੀ ਜਾਣੀ ਕਿ ਗੱਲ ਕੀ ਹੋਈ ਹੈ ਉਹਦੀ ਵਾਈਫ ਨਾਲ ਹੁਣ ਚੱਕਰ ਕੀ ਚੱਲ ਰਿਹਾ ਕੋਈ ਮਸਲਾ ਤਾਂ ਕੋਈ ਦੱਸ ਹੀ ਨਹੀਂ ਰਿਹਾ ਵੀ ਜਾਣੀ ਆਹ ਗੱਲ ਹੋਈ ਆ ਇਹਦਾ ਕੋਈ ਮੈਨੂੰ ਸੋਲੂਸ਼ਨ ਦੱਸੋ ਕਿੱਦਾਂ ਮੈਂ ਇਹਦਾ ਕੀ ਨਿਪਟਾਰਾ ਕਰਾਂ ਹਨਾ ਉਹ ਤਾਂ ਗੱਲ ਹੀ ਨਹੀਂ ਕਰ ਰਿਹਾ ਹੈਗਾ ਇਹ ਦੱਸ ਨਹੀਂ ਤੁਸੀਂ ਲਕੋ ਰਿਹਾ ਆ ਇਹ ਵੀ ਲਕੋ ਰਿਹਾ ਤੇਰੀ ਵਾਈਫ ਵੀ ਗੱਲ ਲਕੋ ਰਹੀ ਕੋਈ ਕਾਰਨ ਹੈ ਇਹਨਾਂ ਦੀ ਵਜ੍ਹਾ ਕੀ ਬਣੀ ਹੈ ਕਿਉਂ ਤੇ ਅਲੱਗ ਅਲੱਗ ਹੋਏ ਆ ਬੱਚੇ ਕਦੇ ਉੱਧਰ ਚਲ ਗਏ ਆ ਕੋਈ ਕੋਈ ਮਸਲਾ ਤਾਂ ਹੈਗਾ ਹੀ ਆ ਨਾ ਵਿੱਚ ਕੋਈ ਕਿਸੇ ਵੱਲੋਂ ਡਰ ਲੱਗਦਾ ਤੈਨੂੰ ਕੀ ਗੱਲ ਕੀ ਆ ਜਾਂ ਤੈਨੂੰ ਉਹ ਦਰਵਾਜ਼ਾ ਲਾ ਲੈਂਦੀ ਵੀ ਨਹੀਂ ਘਰ ਆਉਣ ਦਿੰਦੀ ਹੈਗੀ ਵਜ੍ਹਾ ਇਹਨੂੰ ਪੁੱਛੋ ਜੀ ਇਹ ਕੋਈ ਕੋਈ ਗੱਲ ਹੋਏ ਨਿਕਲੂਗੀ ਵਿੱਚੋਂ ਹਜੇ ਪਰ ਕੋਲ ਨਹੀਂ ਰਿਹਾ ਮੈਨੂੰ ਲੱਗਦਾ ਕਿ ਪੁਲਿਸ ਵਾਲੇ ਨੇ ਕਿਹਾ ਹੋਣਾ ਕਿ ਤੂੰ ਆਪਣੀ ਵਾਈਫ ਨੂੰ ਮਿਲ ਨਹੀਂ ਸਕਦਾ ਤੇ ਬੱਚੇ ਕੋਲ ਜਾ ਨਹੀਂ ਸਕਦਾ ਸਰਜੀਤ ਤੁਹਾਨੂੰ ਪੁਲਿਸ ਨੇ ਵਾਰਨਿੰਗ ਦਿੱਤੀ ਹੋਈ ਹੈ ਨਾ ਬੱਚੇ ਨੂੰ ਮਿਲ ਸਕਦਾ ਹੈ ਨਾ ਤੂੰ ਆਪਣੀ ਵਾਈਫ ਨੂੰ ਮਿਲ ਸਕਦਾ ਕੀ ਸੱਚੀ ਗੱਲ ਹੈ शराब पींदा जी गल पिछली है जी ठीक है पहला मैं शराब पींदा सी ठीक है जी मैं तुम अगे भी दसा कल भी दसा परसों भी दसा पहला मैं पींदा लेकिन हम मैं टच नहीं करता हम तो मैं सोच जाएगा मैं वकील किए पूरा नहीं किए मैं कल वक्त किए इसे करके किए जी ਤੇ ਨਾ ਰਹਿਣ ਬੱਚੇ ਇਹਨੂੰ ਮੈਂ ਕਹਿੰਦਾ ਬੱਚੇ ਮਾਤਾ ਦੀ ਸਿਆਣੀ ਹੈ ਜੀ ਮਤਲਬ ਚੌਹ ਸੱਤਰ ਸਾਲ ਵੀ ਉਮਰ ਆ ਮਾਤਾ ਸਾਡੀ ਦੀ ਦਵਾਈ ਦੇ ਸਸਤੇ ਚੱਲਦੇ ਗਏ ਵੱਡੀ ਗੁੱਡੀ ਆ ਰੱਬ ਨਾਲ ਕਹਿੰਦੇ ਕੋਈ ਇਹੋ ਜਿਹੀ ਦੇਖ ਲੈਣ ਹੋ ਜਾਵੇ ਤਾਂ ਕੀ ਕਰੂੰਗਾ ਮੈਂ ਨਾ ਜਾ ਸਕਦਾ ਹੁਣ ਇਹ ਵੀ ਕਾਰਨ ਮੈਨੂੰ ਤੁਹਾਡੇ ਮਾਂ ਬਾਪ ਜਿਹੜੇ ਨੇ ਉਹ ਕਿੱਥੇ ਆ ਮੰਮੀ ਮੇਰੇ ਇੰਡੀਆ ਦੀ ਆ ਜੀ ਸਿਆਣੇ ਆ ਚੌਹ ਸੱਤਰ ਸਾਲ ਦੀ ਉਮਰ ਹੋ ਗਈ ਆ ਠੀਕ ਹੈ ਜੀ ਤੁਹਾਡੇ ਨਾਲ ਕੌਣ ਹੈ ਹੁਣ ਇਸ ਵੇਲੇ ਘਰ ਚ जानकार ले सकी दुध दुध पानी दे पानी कर सके पर कोई ना कोई इशू है एक बार फिर प्रवीण नु लाइन ते ले आन के सर सब प्लीज कीप कंटिन्यू हां जी कंडीशन लगी हुई है जेडे बच्चा वाइफ नू मिल नहीं दे रहा है भाई साहब झूठ बोलता थोड़ा टाइम वेस्ट करता लड़की नहीं आ रही लड़की नहीं सच दस रही ਇਹ ਵੀ ਜਿਹੜਾ ਉਹ ਸ਼ਰਾਬ ਸ਼ਰੂਬ ਪੀਂਦਾ ਸੀ ਨਾ ਉਹਦਾ ਕੋਈ ਜ਼ਿਆਦਾ ਹੋਇਆ ਹੋਇਆ ਕੋਈ ਮਤਲਬ ਵੀ ਬੱਚਿਆਂ ਨੂੰ ਮਿਲ ਨਹੀਂ ਦੇਣਾ ਮਾਂ ਨੂੰ ਮਿਲ ਨਹੀਂ ਦੇਣਾ ਇਹ ਬੰਦਾ ਝੂਠ ਬੋਲਦਾ ਮੇਰਾ ਖਿਆਲ ਟਾਈਮ ਵੈਸਟ ਨਾ ਕਰੋ ਮੈਂ ਇੰਨਾ ਹੀ ਕਹਿੰਦਾ ਹੋਇਆ ਨਾ ਆਪਦਾ ਔਰ ਚਲਾਓ ਜੀ ਦੇਖ ਥੋੜੀ ਸਟੋਰੀ ਦੇਖ ਲਿਓ ਦੇਖ ਕੇ ਫਿਰ ਹੁਣ ਬੰਦ ਕਰ ਦਿਆ ਕਰੋ ਮੈਂ ਤੇਰੀ ਸਲਾਹ ਦੇਊਂਗਾ ਥੈਂਕ ਯੂ ਸਤਿ ਗੱਲ ਜੀ ਮੇਰੀ ਵਾਈਫ ਨੂੰ ਪੁੱਛ ਲੈ ਉਸ ਦਿਨ ਉੱਥੇ ਸੀ ਜਿੱਦਣ ਇਹ ਸਹੁਰਾ ਮੇਰਾ ਗਲਤ ਬੋਲਿਆ ਸੀ ਉਹਦੀ ਖੁਦ ਕੁੜੀ ਕੋਲ ਪੁੱਛ ਲਓ गुड्डी कह रहे हो कमाल दे बंदे हो नंबर 4 कॉलर प्लीज ऑलराइट स्टॉप इट प्लीज नंबर 4 कॉलर हां जी सत्श्रीकाल बाकी जी बेटे ਮੈਂ ਕਹਾਣੀ ਸੁਣੀ ਹੈ ਇਹਨਾਂ ਦੀ ਬੱਚਾ ਲੜਕਾ ਵੀ ਸਹੀ ਆ ਤੇ ਉਹ ਲੜਕੀ ਵੀ ਪਰ ਲੜਕੀ ਵੀ ਸੱਚ ਨਹੀਂ ਦੱਸਣਾ ਚਾਹੁੰਦੀ ਉਹ ਬਹੁਤ ਪਿਆਰ ਕਰਦਾ ਉਹਨੂੰ ਇਹਨਾਂ ਦਾ ਜੀ ਕੱਟ ਕਰਾਓ ਤੂੰ ਕੀ ਹੋ ਜਾਣਾ ਇਹਨਾਂ ਦਾ ਬੱਚੇ ਮਿਲ ਜਾਣੇ ਇਹਨਾਂ ਨੂੰ ਉਹ ਜਾਣ ਕੇ ਨਹੀਂ ਕਰਾ ਰਹੀ ਹੁਣ ਇਹਨਾਂ ਨੂੰ ਪਰ ਇਹਨਾਂ ਦੇ ਵਿੱਚ ਕੁਝ ਕਾਲਾ ਚੋਰ ਹੈ ਕੋਈ ਇੰਡੀਆ ਵੀ ਗੱਲਾਂ ਛੱਡ ਦੋ ਇਹਨਾਂ ਦੇ ਵਿੱਚ ਮੁੰਡੇ ਨਾਲ ਗੱਲ ਕਰਾਇਓ ਥੋੜਾ ਮੇਰੀ ਹਾਂ ਕਰੋ ਗੱਲ लड़ाई झगड़ा होया लै गए थो परे कर दिते
खर्चा भी दे दिंदा जो कहिंदी आ मैं करन तैयार हां मेरा इन पता नहीं की लिखाया भैन कोर्ट दे विच जाके तां मैनू पेपर नहीं मिलदा मैनू काम नहीं मिलदा मैं 8 सालां दा इत्थे 2016 दा धक्के खान डिया लाइसेंस मेरा खराब होन डिया सारे कुछ ये मेरी बात नहीं पुछ रही जिदा इहदा प्यो कहिंदा है ना उहदे दा फोन नहीं चकना उहना गल नहीं करनी इहदे प्यो दीआं मैं मिन्नता कर कर मर गया भैन जी मैं कहा तुसीं उहनूं कहो भी इहदे पेपर बना कठे रहो वो चंगा लगदे न्याणे किते आ तूं किते आ मैं किते आ तिन्ने खराब पिया तिन्ने ना उहना मेरे घर दे गया मैं सॉरी फील करदा हैगा इस गल तों ठीक है बाकी जी तुसीं उहदा वकील वी गल है परवीन ने वी गल परवीन कुंभाटा जी लाइन ते आ चुके ने जी ऑर्डर रखो परवीन जी तुसी लाइन साडी प्लीज लाइन कट्टो ना और साडे नाल 2 मिनट ले गल करो साडा टाइम वेस्ट भाजी मैं इस वेले काम करदी हां ना इस वेले वेली नहीं है जी आई अंडरस्टैंड बट 1 मिनट रे सानू 2 मिनट गल कर लेकर 1 मिनट ले तुसी गल करो अपनी सब जी तुसी अपनी वाइफ दे नाल तलीम नाल गल करो ना तुसी तलीम दे गल करन दा मकसद की है तुहाडा आपस विच ही जो कड़त्ते ने खत्म होवे तुसी प्यार नाल रह सको मैं तां यही गल कहूंगा मैं तो यही गल कहूंगा चलो जो हो गया सो हो गया मैं सॉरी कहता है घर तेरे पैर हाथ लाने का और मैं दस साल में तो की करवाना है हम फाह लेके मर जावा नहीं डोंट डू दैट प्लीज बच्चा है बस मेरी छोटे गल तो थाले करके न्याणे उठे बैठे प्रवीण जे गलती मान ले अपनी तुसी कहे वापस इनर को जान नु तैयार हो प्रवीण जी नहीं नहीं बच्चे वखरे आ पर तुसी अपने आदमी ਨਾਲ ਰਹਿਣਾ ਚਾਹੁੰਦੇ ਹੋ ਜਾਂ ਨਹੀਂ ਕਹਿੰਦੇ ਪਹਿਲੀ ਗੱਲ ਮੈਂ ਬੱਚਿਆਂ ਨਾਲ ਰਹਿਣਾ ਚਾਹੁੰਦੀ ਆ ਨਹੀਂ ਇਹ ਬੱਚੇ ਨੂੰ ਰੱਖਣਾ ਨਹੀਂ ਚਾਹੁੰਦੇ ਬਤਾ ਨਹੀਂ ਮੈਨੂੰ ਇਸ ਬਾਰੇ ਹਜੇ ਕੁਝ ਨਹੀਂ ਪਤਾ ਹੈਗਾ ਸਾਡੀ ਗੱਲ ਇਹਨਾਂ ਨੂੰ ਪਤਾ ਹੀ ਹੈ ਸਾਡੀ ਗੱਲ ਕਿੱਥੇ ਤੱਕ ਪਹੁੰਚੀ ਕੋਈ ਮੈਂ ਰੱਖਣਾ ਚਾਹੁੰਦਾ ਬੱਚੇ ਨੇ ਮੈਂ ਕਿਹਨੂੰ ਕਿਹਾ ਵਕੀਲ ਮੈਂ ਕਰਦਾ ਹੈਗਾ ਮੈਂ ਹੁਣ ਫਿਰ ਹੋਲਡ ਆਨ ਪਲੀਜ਼ ਪ੍ਰਵੀਨ ਇਹ ਬੱਚਿਆਂ ਦਾ ਬਾਪ ਕੌਣ ਚਾਹ ਬੱਚਿਆਂ ਦਾ ਹਾਂਜੀ ਇਹ ਬੱਚੇ ਜਿਹੜੇ ਨੇ ਇਹਨਾਂ ਦਾ ਪੇ ਕੌਣ ਹੈ ਇਹਨਾਂ ਬੱਚਿਆਂ ਨੂੰ ਚਾਹੁੰਦਾ ਇਹ ਆ ਆਪਣੇ ਸਰਬਜੀਤ ਪੇ ਹੈ ਨਾ ਹਾਂਜੀ ਤੇ ਤੁਸੀਂ ਮਾਂ ਹੋ ਹਾਂਜੀ ਤੇ ਤੁਹਾਡਾ ਰੌਲਾ ਪੇ ਕਾਹਦਾ ਆ ਉਹ ਰੱਖਣ ਨੂੰ ਤਿਆਰ ਆ ਤੁਸੀਂ ਕਹਿੰਦੇ ਬੱਚੇ ਨੂੰ ਪੁੱਛੋਗੇ ਤੁਸੀਂ ਸਮਝ ਆਪ ਕਹੋ ਕਿ ਬੇਟਾ ਕੋਈ ਗੱਲ ਨਹੀਂ ਮੇਰੇ ਕੋਲ ਦੇ ਰਹਿੰਦੇ ਹੈਗੇ ਤੁਹਾਨੂੰ ਸਹੀ ਗੱਲ ਦੱਸਾਂ ਮੇਰੇ ਉਹ ਕਹਿੰਦੀ ਨਹੀਂ ਬਾਜੀ ਸਾਹਿਬ ਕਹਿੰਦੀ ਨਹੀਂ ਹੈਗੀ ਕੁਛ ਵੀ ਇਹ ਗੱਲ ਕਰਦੀ ਨਹੀਂ ਉੱਥੇ ਉਹਨਾਂ ਨਾਲ ਵਕੀਲ ਨਾਲ ਕਿਸੇ ਨਾਲ ਕੋਈ ਗੱਲ ਨਹੀਂ ਕਰਦੀ ਪਈ ਹੈ ਜੀ ਪ੍ਰਵੀਨ ਤੁਹਾਡੇ ਹੋਲਡ ਆਨ ਪ੍ਰਵੀਨ ਜੇ ਤੁਹਾਡੇ ਕੋਲ ਮਾਫੀ ਮੰਗ ਲਵੇ ਤੁਸੀਂ ਮਾਫ ਕਰਨ ਨੂੰ ਤਿਆਰ ਹੋ ਪਰ ਮੈਂ ਮਾਫ ਕਰਨ ਨੂੰ ਤਿਆਰ ਹਾਂ ਗੱਲ ਤਾਂ ਹੈਗੀ ਬੱਚਿਆਂ ਦੀ ਪ੍ਰੋਬਲਮ ਉਹਨਾਂ ਦੀ ਹੈ ਨਾ ਬੱਚਿਆਂ ਦੀ ਹੈ ਨਹੀਂ ਬੱਚਿਆਂ ਨੂੰ ਕੁੱਟਦਾ ਹੈ ਇਹ ਨਹੀਂ ਕਿਹੜੇ ਕੋਲ ਬੱਚੇ ਆਉਂਦੇ ਆ अपने बच्चों हफ्ते विच कितनी बारी मिलते हो हां जी ਤੁਸੀਂ ਆਪਣੇ ਬੱਚਿਆਂ ਨੂੰ ਕਿੰਨੀ ਵਾਰੀ ਮਿਲਦੇ ਹੋ ਹਫਤੇ ਚ ਨਹੀਂ ਨਹੀਂ ਅਸੀਂ ਨਹੀਂ ਹੁਣ ਨਹੀਂ ਹਜੇ ਮਿਲਦੇ ਹੈਗੇ ਕਰਕੇ ਆਪਣੇ ਆਹ ਕੋਵਿਡ ਕਰਕੇ ਤਾਂ ਨਹੀਂ ਮਿਲਦੇ ਹੈਗੇ ਤੁਸੀਂ ਆਪਣੇ ਨਿਆਣੇ ਨੂੰ ਕਿੰਨੇ ਮਹੀਨੇ ਹੋ ਗਏ ਮਿਲਿਆ ਨੂੰ ਮੈਨੂੰ ਕਾਫੀ ਟਾਈਮ ਹੋ ਗਿਆ ਮੈਨੂੰ ਵੀ ਮਿਲਿਆ ਨੂੰ ਬੱਚੇ ਕਰਕੇ ਕਰੋਨਾ ਕਰਕੇ ਨਹੀਂ ਲੈ ਗਏ ਨਹੀਂ ਨਹੀਂ ਕਿੰਨਾ ਸਮਾਂ ਹੋ ਗਿਆ ਮਹੀਨਾ 2 ਮਹੀਨੇ ਸਾਲ ਕਿੰਨਾ ਸਮਾਂ ਹੋ ਗਿਆ ਹਾਂਜੀ ਹਾਂਜੀ ਕਾਫੀ ਟਾਈਮ ਹੋ ਗਿਆ ਨਹੀਂ ਕਾਫੀ ਦਾ ਮਤਲਬ ਕਿ ਕਿੰਨੇ ਮਹੀਨੇ ਬਿਛੜਿਆ ਨੂੰ ਭਾਜੀ ਇਦਾਂ ਕਰਕੇ ਆਪਣੀ ਸਾਰੀ ਗਲਤੀ ਇਹਨਾਂ ਦੀ ਨਾ ਕਰਕੇ ਸਾਰੇ ਇਦਾਂ ਹੋਈ ਆ ਮੇਰੀ ਬੰਦੀ ਗੁੜੀਆ ਇੰਡੀਆ ਰਹਿ ਰਹੀ ਹੈ ਤੂੰ ਠੀਕ ਆ ਮੈਂ ਤੈਨੂੰ ਕਹਿੰਦਾ ਅਵੀ ਨੇ ਤੂੰ ਮਾਂ ਹੈ ਜਾਂ ਕਲੈਣੀ ਆ ਤੂੰ ਮਾਂ ਹੈ ਬੱਚੇ ਦੀ ਜਾਂ ਕਲੈਣੀ ਆ ਮੈਂ ਹਰਾ ਰਿਆਂ ਕਿ ਬੱਚਿਆਂ ਨੂੰ ਸਾਥ ਉੱਤੇ ਹੋ ਗਿਆ ਜੀ ਬੱਚਿਆਂ ਨੂੰ ਹਾਂਜੀ ਇੱਕ ਸਾਥ ਉੱਤੇ ਹੋ ਗਿਆ ਮੈਂ ਵਕੀਲ ਕਰਨ ਨੂੰ ਤਿਆਰ ਹਾਂ ਸਭ ਇੱਕ ਤੇ ਡਿਪੈਂਡ ਕਰਦਾ ਜੀ ਇਹ ਕੁਝ ਕਰੇ ਹਾਂ ਕਰੇ ਹੈ ਨਾ ਤੇ ਮੈਂ ਆਪਣੇ ਬੱਚੇ ਰੱਖਣਾ ਚਾਹੁੰਦੀ ਮੈਂ ਇੱਕ ਮਹੀਨੇ ਦੇ ਵਿੱਚ ਵਕੀਲ ਕਰਕੇ ਮੈਂ ਪੁਆਇੰਟ ਹੋਲਡ ਆਨ ਪ੍ਰਵੀਨ ਜੀ ਤੁਹਾਡਾ ਹਸਬੰਡ ਇਹ ਕਿਸੇ ਬਗਾਨੀ ਔਰਤ ਨਾਲ ਰਹਿ ਰਿਹਾ
ਮੈਨੂੰ ਪਤਾ ਨਹੀਂ ਇਹਦੇ ਬਾਰੇ ਕੁਛ ਵੀ, ਮੈਂ ਨਹੀਂ ਕੁਛ ਵੀ ਕਹਿ ਸਕਦੀ ਹੈਗੀ। ਨਹੀਂ ਤੁਹਾਨੂੰ ਕੁਛ ਸ਼ੱਕ ਆ? किसे बगानी औरत ने जिथे मर्जी जावे आवे तुहानू कोई फिकर नहीं है? नहीं मैनू नहीं, जदों इन्हां ने साडा फिकर कीता हैगा कोई भी। ਸਰਬਜੀਤ ਤੁਹਾਨੂੰ ਫਿਕਰ ਹੈ ਕਿ ਤੁਹਾਡੀ ਜਿਹੜੀ ਆ ਵਾਈਫ ਜੇ ਕਿਸੇ ਨਾਲ ਹੋਰ ਨਾ ਰਹਿਣ ਲੱਗ ਪਵੇ ਆਪਣੀ ਜ਼ਿੰਦਗੀ ਸ਼ੁਰੂ ਕਰ ਲਵੇ ਤਾਂ ਤੁਹਾਨੂੰ ਦੁੱਖ ਹੈ? ਨਹੀਂ ਨਹੀਂ ਅਸੀਂ ਨਹੀਂ ਹੋਰ ਕਿਸੇ ਨਾਲ ਵੀ ਜ਼ਿੰਦਗੀ। ਹਾਂਜੀ ਹਾਂਜੀ ਮੈਨੂੰ ਦੁੱਖ ਹੈ, ਮੈਨੂੰ ਦੁੱਖ ਹੈ, ਇਦਾਂ ਦੁੱਖੀ ਹੋਈ ਨਹੀਂ, ਮੈਨੂੰ ਦੁੱਖ ਹੈ, ਮੈਂ ਪਿਆਰ ਹੀ ਨਹੀਂ ਕਰਦਾ ਹੈਗਾ, ਜਦੋਂ ਨਾਲ ਖਿਆਲ ਪੀਂਦਾ ਨਹੀਂ ਤਾਂ ਮੈਂ ਜ਼ਿਆਦਾ ਪਿਆਰ ਕਰਦਾ ਜੀ। ਹੁਣ ਤੂੰ ਸਵਾ ਕੀ ਕਰਦੀ ਹੈ? ਅੱਗੇ ਬਾਜੀ ਹੋ ਗਏ ਹੁਣ ਆਪਣੇ, ਇਹ ਛੋੜੋ ਏਜ ਨਹੀਂ ਹੈਗੀ ਜਿੱਦਾਂ ਵੀ ਹੋਰ ਕਿਸੇ ਦੇ ਨਾਲ ਰਹਿਣ ਦੀ। ਹੋਲਡ ਆਨ ਪਲੀਜ਼, ਜਦੋਂ ਪਹਿਲਾਂ ਸੀ ਅਸੀਂ ਉਦੋਂ ਦੇ ਰਹੇ ਹੈਗੇ ਕਿਸੇ ਦਾ, ਹੁਣ ਕੀ ਰਹਿਣਾ ਇਹ ਗੱਲ ਨਾ ਤੁਸੀਂ ਕਿਉਂ ਮੁੜ ਕੇ। ਓਕੇ ਹੋਲਡ ਆਨ ਪਲੀਜ਼ 1 ਸੈਕਿੰਡ, ਨੰਬਰ 4 ਕਾਲਰ ਪਲੀਜ਼, ਕਿਉਂਕਿ ਤੁਹਾਡੇ ਲੱਛਣ ਇਹੋ ਜਿਹੇ ਨੇ। ਵਾਸੀ ਸਾਹਿਬ ਜੀ, ਬੀਨਾ ਨਾਲ ਗੱਲ ਕਰਨੀ ਆ ਮੈਂ। ਹਾਂਜੀ ਕਰੋ, ਪ੍ਰਵੀਨ ਨਾਲ ਕਰੋ ਜੀ। ਹਾਂਜੀ ਪ੍ਰਵੀਨ ਜੀ। ਹਾਂਜੀ ਹੈਲੋ। ਹਾਂਜੀ ਮੈਂ ਬੇਟੇ ਤੁਹਾਡੀ ਮਾਮਾ ਵਰਗੀ ਆ, ਦੇਖੋ ਤੁਹਾਨੂੰ ਮੰਨਣਾ ਚਾਹੀਦਾ, ਤੁਹਾਡਾ ਹਸਬੈਂਡ ਸਹੀ ਆ, ਬਿਲਕੁਲ ਸਹੀ ਆ, ਚਲੋ ਮਾਫ਼ੀ ਮੰਗਦਾ, ਤੂੰ ਆਦਮੀ ਮੰਗਦਾ, ਸਾਡੇ ਆਦਮੀ ਅਸੀਂ ਹੁਣ ਤੱਕ ਰਹਿੰਦੇ ਕਦੀ ਮਾਫ਼ੀ ਨੀ ਮੰਗਦਾ। ਜ਼ਿੰਦਗੀ ਖਰਾਬ ਕਰ ਰਹੇ ਉਹਦੇ ਬੇਚਾਰੇ ਦੀ, ਕਿਉਂ ਨੀ ਪਤਾ ਤੁਹਾਨੂੰ? ਸਭ ਕੁਛ ਪਤਾ, ਬੱਚੇ ਛੱਡੇ ਆਉਂਦੇ ਆ, ਪਿਓ ਨੂੰ ਛੱਡ ਕੇ ਉਹਦੀ ਗੱਲ ਕਰਾਓ ਸਰਬਜੀਤ ਦੀ। ਉਹ ਪੜਿਆ ਨੀ ਸਰਬਜੀਤ, ਪੜਿਆ ਨੀ, ਇੰਨਾ ਕਰਕੇ ਤੁਸੀਂ ਜੈਦ ਫਾਇਦਾ ਉਠਾ ਰਹੇ। ਹੁਣ ਤੂੰ ਇਹ ਨੀ ਚਾਹੀਦਾ ਤੁਹਾਨੂੰ, ਸਾਡੇ ਵੀ ਬੁਤਰਾਲ ਹੋਣੇ ਆ ਜੇ ਉਹਦਾ ਕੀਤਾ, ਉਹ ਤੜਪ ਰਿਹਾ ਤੁਹਾਨੂੰ ਇਸ ਵੇਲੇ। ਧੀਆਂ ਦਾ ਬਾਪ ਹੈ ਔਰ ਮੁੰਡੇ ਦਾ ਪੇ ਹੈ, ਤੁਹਾਡਾ ਹਸਬੈਂਡ ਹੈ, ਲਾਵਾਂ ਲਈਆਂ ਹੋਈਆਂ ਆ, ਔਰ ਤੁਸੀਂ ਥੋੜੀ ਬਹੁਤ ਜ਼ਿੰਦਗੀ ਦੇ ਵਿੱਚ ਪ੍ਰਵੀਨ ਨੂੰ ਔਖੀ ਹੋ ਜਾਂਦੀ ਵੇ, ਇਹ ਹੁਣ ਰਿਹਾ, ਇਹ ਨਹੀਂ ਚਾਹੀਦਾ ਮੈਨੂੰ। ਓਕੇ ਸਰ ਜੀ, ਹੋਲਡ ਆਨ ਪਲੀਜ਼, ਸਰ ਜੀ ਹੋਲਡ ਆਨ ਪਲੀਜ਼, ਲੈਟ ਮੀ ਟਾਕ ਟੂ ਅਦਰ ਨੰਬਰ 1 ਕਾਲਰ, ਸੌਰੀ ਮਿੰਡਾ ਜੀ। ਇਹ ਜਨਾਨੀ ਨਹੀਂ ਚਾਹੁੰਦੀ ਹੈ ਨਾ ਵੀ ਇਹ ਮਾਂ ਪਿਓ ਜਵਾਕ ਸਾਰੇ ਜਾਣੇ ਇਕੱਠੇ ਹੋਣ, ਤਾਂ ਹੀ ਤਾਂ ਇਹ ਅੱਧੇ ਤਾਂ ਜਵਾਕਾਂ ਦੀ ਨਹੀਂ ਹੁੰਦੀ ਜੀ, ਇਹ ਆਪਦੀ ਹਸਬੈਂਡ ਦੀ ਕਿੱਥੇ ਹੋਊਗੀ, ਇਹਦੀ ਬਾਹਰ ਕਿਤੇ ਸੈਟਿੰਗ ਹੋਊਗੀ ਇਹਦੀ, ਤਾਂ ਨੀ ਇਹ ਇਗਨੋਰ ਕਰਦੀ ਹੈ ਜੀ। ਓਕੇ ਬਾਏ, ਥੈਂਕ ਯੂ ਜੀ। ਬਾਹਰ ਸੈਟਿੰਗ ਦਾ ਮਤਲਬ ਕੀ? ਹੈਲੋ, ਬਾਹਰ ਸੈਟਿੰਗ ਮਤਲਬ ਕੀ? ਮਤਲਬ ਇਹਦੇ ਰਿਲੇਸ਼ਨ ਹੈ ਕਿਸੇ ਹੋਰ ਨਾਲ? ਤੁਸੀਂ ਕਹਿਣਾ ਕੀ ਚਾਹੁੰਦੇ ਆ ਤੁਸੀਂ ਮੈਨੂੰ? ਨੰਬਰ 3 ਕਾਲਰ ਪਲੀਜ਼, ਕੋਈ ਨਹੀਂ ਗੱਲ ਕਰ ਦਿਓ, ਕੋਈ ਕਰ ਦਿਓ ਆ ਵੀ ਆਪਾਂ ਇਕੱਠੇ ਹੋ ਜਾਈਏ। ਨੰਬਰ 3 ਕਾਲਰ ਪਲੀਜ਼, ਹੈਲੋ ਬਾਈ। ਨਹੀਂ ਮੇਰੀ ਨਹੀਂ ਕਹਿੰਦੇ ਕਿਸੇ ਦੇ ਨਾਲ ਕੋਈ ਇਦਾਂ ਦੀ ਗੱਲ ਹੈਗੀ, ਇਹਨਾਂ ਨੂੰ ਪਤਾ, ਨਾਲੇ ਇਹਨਾਂ ਨੂੰ ਯਕੀਨ ਆ ਮੇਰੇ ਤੇ ਇਦਾਂ ਦੀਆਂ ਗੱਲਾਂ ਨਾ ਮੇਰੇ ਨਾਲ ਕਰਨ। ਨਹੀਂ ਨਹੀਂ ਕੋਈ ਨਹੀਂ, ਮੈਨੂੰ ਕੋਈ ਯਕੀਨ ਆ ਕਿਤੇ ਨਹੀਂ। ਸਰਜੀਤ ਸਟਾਪ ਐਟ ਪਲੀਜ਼। ਹਾਂਜੀ ਗੁਰਜੋਤ ਬੋਲੋ। ਬਾਜੀ ਦਾ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਜੀ ਦਾ, ਮੈਂ ਇਦਾਂ ਹੀ ਕਹਿਣਾ ਜੀ, ਦੇਖੋ ਹਨਾ ਵੀ ਇਹਨਾਂ ਦੀ ਉਮਰ ਕਿੰਨੀ ਹੈ, 68 ਸਾਲ ਆ ਹਨਾ ਜੀ? ਨਹੀਂ ਨਹੀਂ 68 ਕਿੱਥੇ ਹਾਲੇ, 48 ਸਾਲ ਦੀ ਉਮਰ ਇਹਨਾਂ ਦੀ। ਅੱਛਾ ਜੀ ਅੱਛਾ। ਬਾਜੀ ਦਾ ਮੈਂ ਇਦਾਂ ਕਹਿਣਾ ਜੀ, ਇਹ ਜਿਹੜਾ ਪਿੱਛੇ ਜੇ ਮਾਮਲਾ ਨੀ ਆਇਆ ਜੀ ਘੁੱਟਣ ਵਾਲਾ, ਇਹ ਉਹੀ ਗੱਲ ਮੈਨੂੰ ਲੱਗ ਰਹੀ ਹੈ ਜੀ, ਘੁੱਟਣੀ ਮਹਿਸੂਸ ਹੁੰਦੀ ਆ ਜਿੱਦਾਂ, ਦੇਖੋ ਕੋਈ ਮਾਫ਼ੀ ਨੀ ਮੰਗਦਾ ਹੁੰਦਾ ਹਨਾ। ਦੇਖੋ ਆਪਾਂ ਇੰਨੀਆਂ ਸਟੋਰੀਆਂ ਕਵਰ ਕੀਤੀਆਂ ਨੇ, ਸਾਰੇ ਲੜਦੇ ਹੀ ਰਹਿੰਦੇ ਨੇ, ਉਹ ਬੰਦਾ ਮਾਫ਼ੀ ਮੰਗਦਾ, ਵਸਾਉਣਾ ਚਾਹੁੰਦਾ। ਤੇ ਜਿਹੜੀ ਮਾਂ ਨੂੰ ਆਪਦੇ, ਮੇਰੀ ਮਾਂ ਨੂੰ ਮੈਂ ਪੁੱਛਿਆ ਵੀ ਕਿੰਨਾ ਟਾਈਮ ਹੋ ਗਿਆ, ਉਹਨੂੰ ਘੰਟੇ ਵੀ ਪਤਾ ਹੁੰਦੇ ਨੇ ਬਈ, 2-3 ਸਾਲ, ਇੰਨੇ ਦਿਨ, ਇੰਨੇ ਘੰਟੇ ਮਿਲਿਆ ਨੂੰ ਹੋ ਗਏ, ਇਹ ਘੁੱਟਣ ਦਾ ਹੀ ਮਸਲਾ। ਬਾਕੀ ਸਾਹਿਬ ਤੁਸੀਂ ਹੱਲ ਕਰ ਸਕਦੇ ਹੋ, ਧੰਨਵਾਦ ਜੀ। ਆਈ ਸੀ ਨੰਬਰ 1 ਕਾਲਰ, ਕੀ ਕਹਿਣਾ ਚਾਹੁੰਦੇ ਬਾਕੀ? ਬਸ ਗੱਲ ਇਹ ਵੀ ਆ ਆਪਣੇ ਸਰਬਜੀਤ ਜੀ, ਕਿੰਨੇ ਨਿਆਣੇ ਆ ਤੁਹਾਡੇ? ਗੁੱਡੀਆਂ ਇੰਡੀਆ, ਇੱਕ ਗੁੱਡੀਆਂ ਬੱਡੂ ਜੀ, ਨਹੀਂ ਤਾਂ ਟੋਟਲ ਕਿੰਨੇ? 4 ਨਿਆਣੇ ਆ ਤੁਹਾਡੇ?
चार होर घर पटन की नीह रख लैनी है क्योंकि न्याणे मां प्यो नूं फॉलो करदे हुंदे आ, हो सकदा न्याणे दे कल रिलेशन च कोई प्रॉब्लम आवे ते ओह वी ऐ छड छड़ा भजन भी साडे घर दे ने भी छड़ता साडा की करता किसे ने। पहली गल हो रही है जिवें तुसीं कह रहे हो कि सहुरा साहब दे पिछे लगे आ, रूल फॉलो हो ही रहा, सो अगली जनरेशन दे विच वी तुसीं ये मैनूं लगदा कैरी आउट करवा देना। मैं तो रहना चाहता, मैं रखना चाहता, मैं कहा मैं तो इतने तक रहा जो तेरा खर्चा आता मैं तेन तैयार हूं तक पहले सजा दो साल भेदा चढ़ता रहा जी, बारह साल भेदा चढ़ा भैया है दो साल मैं मालक ने तनखा नहीं गई भेदा के पिछले चार दिन मैं मालक सब रोटी पानी दिता से यू पता मैं भाड़िया से इन मिल गया से एक दिन नंबर वन कॉलर प्लीज बोलो। हां जी भाजी सत श्री अकाल, मैं तो यही कहना चाहनी हां भी ये बेचारा हुण माफियां भी मंगदा, चलो गलती हो गई जे शराब भी पींदा काम भी करदा जे पी भी ले घुट कोई गल नहीं है ना, ओ माफियां भी मंगदा ते ना इन्नी होर सिर ते बैठी जांदी बाउंडरी जे ही, इहनूं इह नहीं पता भी इहदे न्याणे चार आ ते किन्नी एज आ, उहनां दी रहिंदे कित्थे आ, तुसीं पुछ रहे भी किन्ना टाइम हो गया न्याणे देखिआं नूं, ਵੀ ਕਿੱਦਾਂ ਦੀ ਮਾਂ ਹੈ, ਇਹਨੂੰ ਇਹ ਨੀ ਪਤਾ ਕਿ ਮੈਂ ਕਿੰਨਾ ਟਾਈਮ, ਬਹੁਤ ਟਾਈਮ, ਕਾਫੀ ਟਾਈਮ ਹੋ ਗਿਆ ਇੱਦਾਂ ਕਰੀ ਜਾਂਦੀ ਹੈ, ਹੈਗੀ ਆ ਲਾਈਨ ਤੇ ਇਹ। ਹਾਂਜੀ ਕਰੋ ਗੱਲ ਭੈਣ ਜੀ ਕਰੋ ਗੱਲ। ਹੈਲੋ ਹਾਂਜੀ हां भैन जी कितना नी मां आ तू, जिनू तेनू ये नहीं पता हैगा कि तेरे अपने बच्चे देखने में कितना टाइम हो गया, तू मां तू नहीं है बच्चे दी हैगे, ਸਾਡੇ बच्चे हैगे कि नहीं, ਤੁਸੀਂ ਕਿਹੜੀਆਂ ਗੱਲਾਂ ਕਰਦੇ ਤੁਸੀਂ ਇਦਾਂ। ਹਾਂਜੀ ਬੱਚੇ ਸਾਡੇ ਹੈਗੇ ਆ, ਬੱਚੇ 10 ਮਿੰਟ ਸਕੂਲੋਂ ਲੇਟ ਹੋ ਜਾਣ ਤਾਂ ਅਸੀਂ ਜਾ ਕੇ ਰੋੜ ਤੇ ਖੜ ਜੀ ਤਾਂ ਵੀ ਕਿਉਂ ਨਹੀਂ ਆਈ ਸਕੂਲ ਦੀ ਬੱਸ, ਹਨਾ ਬੱਚੇ ਕਿਉਂ ਨਹੀਂ ਆਏ ਹੈਗੇ, ਤੂੰ ਕਿੱਦਾਂ ਨੀ ਮਾਇਆ ਤੈਨੂੰ ਇਹ ਨਹੀਂ ਪਤਾ ਕਿ ਤੇ ਬੱਚੇ ਦੇਖਿਆ ਨੂੰ ਕਿੰਨਾ ਟਾਈਮ ਹੋ ਗਿਆ, ਆਪਦਾ ਘਰ ਬਸਾ ਲਾ ਗਾ, ਹੁਣ ਤੇਰੀ ਏਜ ਹੋਈ ਆ, ਬੁੱਢੀ ਹੋਈ ਆ ਤੂੰ, ਆਪਦਾ ਘਰ ਬਸਾ, ਆਪਦੇ ਘਰ ਬੈਠ, ਨਿਆਣੇ ਜੰਮਣ ਲੱਗਿਆ ਨੇ ਤੇ ਤੁਸੀਂ ਲੈਣ ਲਾਤੀ ਕੋਈ ਚਾਲ ਛੱਡਿਆ ਹੀ ਨਹੀਂ ਸੁੱਕਾ, ਹਨਾ ਬਸ ਠੀਕ ਠਾਕ ਆ, ਤੇ ਉਦੋਂ ਤੈਨੂੰ ਇਹ ਨਹੀਂ ਪਤਾ ਹੈਗਾ ਵੀ ਤੇਰੇ ਜਵਾਕਾਂ ਦੀ ਏਜ ਕੀ ਆ, ਕਮਲੀ ਜਨਾਨੀ ਆ ਤੂੰ, ਤਾਂ ਪਹਿਲੀ ਵਾਰੀ ਦੇਖੀ ਆ ਜਿਹੜੇ ਜਵਾਕਾਂ ਨੇ ਪਤਾ ਕੋਈ ਨਹੀਂ, ਮੈਂ ਕੰਮ ਕਰਦੀ ਪੈ ਕਮਾਉਂਦੀ ਆ ਤੇ ਨਿਆਣੇ ਉੱਥੇ ਰਹਿੰਦੇ ਆ, ਮੈਂ ਕਹਿੰਦੇ ਨਿਆਣੇ ਉੱਥੇ ਜੰਮ ਉੱਥੇ ਜਮਾਨ ਕੇ ਉੱਥੇ ਰਹਿਣ ਬੜੇ ਆ, ਮੈਂ ਮਹਿਤਾ ਕਰਦਾ ਨਿਆਣੇ ਜੰਮੇ ਕਿਉਂ ਤੁਸੀਂ, ਨਿਆਣੇ ਜੰਮਣ ਦੀ ਕੀ ਲੋੜ ਸੀ, ਚਾਰ ਬੱਚੇ ਹਰੇਕ ਸਾਲ ਵਿੱਚ ਤੁਸੀਂ ਪ੍ਰੋਡਿਊਸ ਕੀਤਾ ਬੱਚਾ, ਤੁਸੀਂ ਇੱਕ ਸਾਲ ਦਾ ਗੈਪ ਨੀ ਪਾਇਆ, ਸਾਡੀ ਮਾਂ ਮਾਂ ਨੂੰ ਕੀ ਕਿਹਾ ਸੀ ਦੁਬਾਰਾ ਬੋਲੋ, ਪੁੱਛ ਲੈ ਸਾਹਮਣੇ ਹੈਰਾਨ ਦੀ ਕੁੱਤੀ ਕੰਜਰੀ ਤੱਕ ਗਿਆ ਕਿਉਂ ਨੇ, ਪ੍ਰਵੀਨ ਤੁਹਾਡੀ ਡੈਡੀ ਨੂੰ ਸ਼ਰਮ ਨੀ ਆਉਂਦੀ, ਤੁਹਾਡੀ ਗਲਤੀਆਂ ਸਾਰੀਆਂ ਤੁਹਾਡੀਆਂ ਗਲਤੀਆਂ ਆ, ਤਿਆਰ ਆ ਇਹ ਅੰਤਰੀ ਡਿਵੋਰਸ ਕਰਨ ਨੂੰ ਤਿਆਰ ਹੈ, ਚਾਰ ਬੱਚਿਆਂ ਦੀ ਮਾਂ ਇਹ ਘੁਟਣ ਮਹਿਸੂਸ ਕਰ ਰਹੀ ਹੈ, ਪ੍ਰੋਬਲਮ ਦੀ ਜੜ ਜਿਹੜੀ ਪ੍ਰਵੀਨ ਕੁਮਾਰੀ ਇਹ ਪੁਆੜੀ ਦੀ ਜੜ ਹੈ, ਇਹ ਜੇ ਚਾਰ ਬੱਚਿਆਂ ਨੂੰ ਜਨਮ ਦੇ ਕੇ ਹਾਲੇ ਨੂੰ ਸਮਝ ਨਹੀਂ ਗਈ ਕਿ ਬੱਚੇ ਕਿੰਨੇ ਸਮੇਂ ਤੋਂ ਨਹੀਂ ਮਿਲੇ, ਪ੍ਰਵੀਨ ਯੂ ਸ਼ੁੱਡ ਫੀਲ ਸ਼ੇਮ, ਯੂ ਵੇਸਟਿੰਗ ਮਾਈ ਟਾਈਮ, ਸ਼ਰਮ ਦੀ ਇੱਕ ਚਾਰ ਬੱਚਿਆਂ ਦੀ ਮਾਂ ਹੋਵੇ ਤਾਂ ਉਹਨੂੰ ਫਿਕਰ ਨਾ ਹੋਵੇ, ਧੀ 19 ਸਾਲ ਦੀ ਹੋਵੇ ਔਰ ਤੇਰੇ ਹਸਬੈਂਡ ਜਿਹੜਾ ਆ ਉਹ ਮਾਫ਼ੀ ਮੰਗ ਰਿਹਾ ਹੋਵੇ ਬਿਨਾਂ ਕਿਸੇ ਕੰਡੀਸ਼ਨ ਤੋਂ ਪਿਆਰ ਕਰਨ ਨੂੰ ਤਿਆਰ ਆ ਔਰ ਉਸਦੇ ਬਾਵਜੂਦ ਕੋਈ ਅਲੀਗੇਸ਼ਨ ਨਹੀਂ ਲਿਆ ਰਿਹਾ, ਭਾਜੀ ਬੱਚੇ ਮੇਰੇ ਕੋਲ ਨਹੀਂ ਰਹਿੰਦੇ ਹੈਗੇ, ਮੈਂ ਹਜੇ ਕੁਛ ਨਹੀਂ ਕਰ ਸਕਦੀ ਹੈਗੀ, ਜਿੰਨਾ ਚਿਰ ਬੱਚੇ ਨੇ ਬਾਹਰ ਨਿਕਲਦੇ ਮੈਂ ਕੁਛ ਨਹੀਂ ਕਰ ਸਕਦੀ, ਤੂੰ ਕੁਛ ਕਰ ਸਕਦੀ ਤੇਰੇ ਹੱਥੇ ਦੂਰ ਵਾ, ਤੂੰ ਆਪਣੇ ਪਿਓ ਨੂੰ ਕਨੈਕਟ ਗੱਲ ਕਰਦੀ, ਤੂੰ ਆਪਣੇ ਭਾਬੀਆਂ ਨਾਲ ਗੱਲ ਕਰਦੀ ਆ, ਹੈ ਕੀ ਪੱਤੀ ਬਣਾਉਂਦੀ ਆ, ਉਹ ਨੀ ਫੋਨ ਚੱਕਦੇ, ਉਹ ਨੀ ਕੱਟਦੇ ਹੈਗੇ ਫੋਨ ਚੱਕਦੇ ਹਨ, ਠੀਕ ਹੈ ਸੰਬੰਧ ਕਿਹੜੇ ਹੈਗੇ ਆ, ਗੱਲ ਆਖਾਂ ਮੈਂ ਤੈਨੂੰ ਕਿੰਨੇ ਮੈਸੇਜ ਭੇਜਦਾ ਹੈਗਾ, ਮੈਂ ਤੇ ਨਾ ਰਹਿਣਾ ਚਾਹੁੰਦਾ, ਮੈਂ ਤੈਨੂੰ ਡਿਵੋਰਸ ਨਹੀਂ ਦੇਣਾ ਚਾਹੁੰਦਾ, ਮੈਂ ਬੱਚਿਆਂ ਨੂੰ ਦੇਖਣਾ ਚਾਹੁੰਦਾ ਹੈਗਾ, ਮੇਰੇ ਪੈਰੇ ਹੱਥ ਆਉਗਾ ਰੱਬ ਦੇ ਵਾਸਤੇ, ਪੈਸੇ ਮੈਂ ਖਰਚਦਾ,
मैं इस औरत तो ओ माई गॉड मैं जिंदगी चो जी औरत वेखी नी कोई ओ गॉड माई गॉड कम ऑन बेबी नंबर फोर कॉलर प्लीज खराब कुछ भी है देखो भाई सब कि प्लीज तुम अपने चार बच्चों की जिंदगी बर्बाद कर दे पे कि मां आ ਅਸੀਂ ਕੈਨੇਡਾ ਤੋਂ ਕਾਲ ਕਰ ਰਹੇ ਹਾਂ ਮੇਰਾ ਨਾਮ ਜਗਿੰਦਰ ਬਾਸੀ ਹੈ ਮੈਂ ਰੇਡੀਓ ਟੈਲੀਵਿਜ਼ਨ ਪਿਛਲੇ 40 ਸਾਲ ਤੋਂ ਚਲਾ ਰਿਹਾ ਬਸ ਸ਼ੋਅ ਅਸੀਂ ਆਪਰੇਟ ਕਰ ਰਹੇ ਹਾਂ ਇਸ ਸਟੋਰੀ ਸੀ ਵਰਲਡ ਤੋਂ ਬੋਲਦੇ ਤੁਸੀਂ ਕੈਨੇਡਾ ਤੋਂ ਇਸ ਵਰਲਡ ਵਾਈਡ ਨੂੰ ਟੈਲੀਕਾਸਟ ਕਰ ਰਹੇ ਹਾਂ ਹਾਂਜੀ ਠੀਕ ਹੈ ਜੀ ਔਰ ਤੁਹਾਡੇ ਪਿੰਡ ਦੇ ਜਿਹੜੇ ਆ ਤੁਹਾਡਾ ਪਿੰਡ ਸਦਮਾ ਬੀਟ ਦੇ ਆਪਣੇ ਨੂਰਵੈਲ ਦੇ ਕੋਲ ਸਦਮਾ ਤੁਹਾਡਾ ਪਿੰਡ ਉਹ ਆ ਤੁਹਾਡੇ ਫਾਦਰ ਮਦਰ ਨੂੰ ਮੈਂ ਆਲਰੇਡੀ ਪਤਾ ਮੈਂ ਜਾਣਦਾ ਬੜੇ ਚੰਗੇ ਸਿਆਣੇ ਨੇ ਤੁਹਾਡੇ ਘਰ ਦੇ ਵਿੱਚ ਛੋਟੀ ਮੋਟੀ ਕੜਤ ਹੋਈ ਹੈ ਪ੍ਰਵੀਨ ਇੱਕ ਚੰਗੀ ਧੀ ਬਣ ਕੇ ਤੇਰੀ ਗਾਂ ਧੀਆਂ ਆ ਉਹ ਵੀ ਗਾਂ ਤੋਰ ਨਹੀਂ ਆਇਆ ਉਹ ਤੋਂ ਕੁਝ ਸਾਲਾਂ ਬਾਅਦ ਉਹਨਾਂ ਨੇ ਵਿਆਹ ਕਰਾਉਣਾ ਬੱਚਿਆਂ ਨਾਲ ਉਹ ਕੀ ਕਹਿਣਗੇ ਕਿ ਸਾਡੀ ਮਾਂ ਇਹੋ ਜਿਹੀ ਸੀਗੀ ਭਾਜੀ ਪਰ ਤੁਸੀਂ ਵੀ ਨਾ ਸਮਝੋ ਤੁਸੀਂ ਮੈਂ ਵੀ ਇੱਕ ਮਾਂ ਕਿੰਨੇ ਚਿਰਾਂ ਤੋਂ ਵੱਖਰੀ ਰਹਿੰਦੀ ਬੱਚਿਆਂ ਤੋਂ ਇਹਨਾਂ ਕਰਕੇ ਇਹਨਾਂ ਦੀ ਗਲਤੀ ਆ ਭਾਜੀ ਮੈਂ ਆਪਣੇ ਘਰ ਵੀ ਲਿਆ ਉੱਥੇ ਹੋਰ ਪਾਸੇ ਉਹ ਆਪਣੀ ਗਲਤੀ ਮੰਨ ਰਿਹਾ ਆ ਉਹ ਸੌਰੀ ਕਹਿ ਰਿਹਾ ਆ ਵਟ ਐਲਸ ਯੂ ਨੀਡ ਭਾਜੀ ਪਤਾ ਨਹੀਂ ਮੈਂ ਨਹੀਂ ਸੌਰੀ ਮੈਂ ਕੁਝ ਨਹੀਂ ਕਰ ਸਕਦੀ ਹੈਗੀ ਹੋਜੇ अपने घर वाले अपने घर वाली मन के चुप करके अपने घर जा बेटा अपनी जिंदगी दुबारा फिर बसे कर जिंदगी दुबारा शुरुआत कर जिंदगी की खुशी माण हाले समा बहुत पे खुशियां माणो ਤੁਸੀਂ ਦਾਦੀ ਬਣਨਾ ਹੁਣ ਪਹਿਲਾਂ ਸਮਾਂ ਰਹਿ ਗਿਆ ਹੁਣ ਤਾਂ ਕੁਛ ਨਹੀਂ ਰਹਿ ਗਿਆ ਬੱਚੇ ਵੱਡੇ ਹੋ ਗਏ ਪਤਾ ਨਹੀਂ ਹੋਰ 4 ਸਾਲ ਹੈਗੇ ਕਿ ਨਹੀਂ ਹੈਗੇ ਨਾ ਹੁਣ ਕੀ ਹੋਰ ਤੁਸੀਂ ਬੁੱਢੇ ਹੋ ਗਏ ਆ ਹਾਂਜੀ ਹਾਂਜੀ ਬੁੱਢੇ ਹੀ ਆ ਹੁਣ ਬੱਚੇ ਵੱਡੇ ਹੋਏ ਆ ਕਿੰਨੀ ਉਮਰ ਹੋ ਗਈ ਤੁਹਾਡੀ ਕਿੰਨੀ ਉਮਰ ਆ ਤਾਂ ਕਾਫੀ ਉਮਰ ਹੋ ਗਈ ਵੱਡੀ ਗੁੜੀਆ ਬੱਚੀ 22 ਸਾਲ ਦੀ ਹੋ ਗਈ ਤੁਹਾਡੀ ਉਮਰ ਕਿੰਨੀ ਹੋਣ ਇਸ ਵੇਲੇ ਤੇ 50 ਦੇ ਲਾਗੇ ਹੋ ਗਈ ਆ 50 ਸਾਲ ਬੁੱਢਾ ਹੋ ਗਿਆ ਮੈਂ ਹਾਂਜੀ ਬੁੱਢੇ ਆ ਹੋਰ ਅਸੀਂ ਹੁਣ 60 ਦਾ ਜਨਵਾ ਜੀ ਉਹਦਾ ਜੀ चौथे ਨੰਬਰ 3 ਕਾਲਰ ਕੀ ਕਹਿਣਾ ਚਾਹੁੰਦੇ ਹੋ ਜੀ 2 ਮਿੰਟ ਲਈ ਮੈਨੂੰ ਲਾਈਨ ਦਿਓ ਪ੍ਰਵੀਨ 2 ਮਿੰਟ ਸਿਰਫ ਨੰਬਰ 3 ਕਾਲਰ ਬੋਲੋ ਮੈਂ ਹਜੇ ਕੁਝ ਨਹੀਂ ਕਹਿਣਾ ਚਾਹੁੰਦੀ ਹੈਗੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਹਜੇ ਕੁਝ ਨਹੀਂ ਕਹਿਣਾ ਚਾਹੁੰਦੀ ਓਕੇ ਨਾ ਤੋਂ ਅੱਜ ਨੰਬਰ 3 ਕਾਲਰ ਬੋਲ ਸੁਣਦੀ ਹੋਈ ਪਹਿਲਾਂ ਤਾਂ ਇਹ ਸੁਣਦੀ ਹੋਈ ਨਹੀਂ ਕਿਸੇ ਦੀ ਗੱਲ ਇਹਨੂੰ ਸੁਣਨੀ ਚਾਹੀਦੀ ਹੈ ਫਿਰ ਜਵਾਬ ਦੇਣਾ ਚਾਹੀਦਾ ਵਿੱਚ ਇੱਕ ਚਿੱਤਰ ਕਰੀ ਜਾਂਦੀ ਹੈ ਇਹ ਦੂਜੀ ਗੱਲ ਇਹ ਇਹਨੇ ਜੋ ਬੱਚਿਆਂ ਨੂੰ ਸਿਖਾਇਆ ਬੱਚੇ ਬੱਚਿਆਂ ਦੇ ਦਿਮਾਗ 'ਚ ਉਹੀ ਗੱਲ ਬੈਠੀ ਹੋਈ ਹੈਗੀ ਕਿਉਂਕਿ ਇਹੋ ਜਿਹੀਆਂ ਬਹੁਤ ਜਨਾਨੀਆਂ ਨੇ ਜਿਹੜੀਆਂ ਬੱਚਿਆਂ ਨੂੰ ਸਿਖਾ ਦਿੰਦੀਆਂ ਨੇ अपने मित्रों गलतियां हुई पहला हुई देख मैं तेन कि प्यार करता मैं तेन फोन कर तू मैसेज मेरा फोन चल तू मेरा फोन भी नहीं चल तेन बंद किया तू मेरे गल नहीं
ਨੰਬਰ 2 ਕਾਲਰ ਪਲੀਜ਼ ਬੋਲੋ ਨੰਬਰ 2 ਕਾਲਰ ਹਾਂਜੀ ਬਾਸੀ ਸਾਹਿਬ ਸਤਿ ਸ੍ਰੀ ਅਕਾਲ ਜੀ 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 ਸਾਸਰੇ ਨੂੰ ਛੱਡੋ ਜਲਦੀ ਕਰੋ ਗੱਲ ਕਰੋ ਪਲੀਜ਼ ਬਾਸੀ ਸਾਹਿਬ ਇਹਨਾਂ ਦਾ ਹੁਣ ਸਮਝੌਤਾ ਨੇੜੇ ਹੀ ਆ ਮਾੜਾ ਜਿਹਾ ਤੁਸੀਂ ਜ਼ੋਰ ਪਾਓ ਨੰਬਰ 1 ਕਾਲਰ ਪਲੀਜ਼ ਗਗਨ ਬੋਲੋ ਲਾਈਨ ਤੇ ਬਾਸੀ ਸਾਹਿਬ ਇਹ ਕਿਸੇ ਪਿੱਛੇ ਅੰਨੀ ਹੋਈ ਹੈ ਬੁੱਝ ਦਿਮਾਗ ਇਹਨੂੰ ਤਾਂ ਟੋਕਰਾ ਭਰ ਪੜਾ ਨੂੰ ਲਾਂਤਾ ਪਾਓ ਪਹਿਲਾਂ ਤਾਂ ਸਾਰੇ ਜਣੇ ਹੀ ਹੋਰ ਕੋਈ ਗੱਲ ਨਹੀਂ ਹੈਗੀ ਇਹਨੇ ਨਹੀਂ ਬਾਸੀ ਸਾਹਿਬ ਗੱਲ ਮੰਨਣੀ ਹੈਗੀ ਇਹ ਤਾਂ ਕਿਸੇ ਪਿੱਛੇ ਅੰਨੀ ਹੋਈ ਹੈ ਇਹਨੂੰ ਕੋਈ ਕਿਸੇ ਤੱਕ ਮਤਲਬ ਨਹੀਂ ਕੋਈ ਬੱਚਿਆਂ ਤੱਕ ਮਤਲਬ ਨਹੀਂ ਕੋਈ ਇਹਨੂੰ ਆਪਣੇ ਘਰ ਵਾਲੇ ਤੱਕ ਮਤਲਬ ਨਹੀਂ ਪ੍ਰਵੀਨ ਤੁਸੀਂ ਬੱਚੇ ਤਾਂ ਦੂਰ ਰਹਿੰਦੇ ਆ ਤਾਂ ਤੇ ਬੋਲਦੇ ਸਾਰੇ ਜਣੇ ਪਿੱਛੇ ਹਾਂਜੀ ਇਹ ਗਲਤਾਂ ਨੂੰ ਤਾਂ ਹੀ ਬੋਲਦੇ ਉਹਨਾਂ ਨੂੰ ਨਹੀਂ ਬੋਲਦੇ ਪ੍ਰਵੀਨ ਤੁਹਾਡੇ ਵਿੱਚ ਗਲਤੀਆਂ ਆ ਗਲਤੀਆਂ ਦਾ ਤੁਹਾਨੂੰ ਨਾ ਤੇ ਯਕੀਨ ਆ ਮੇਰੇ ਤੇ ਨਹੀਂ ਯਕੀਨ ਹੈਗਾ ਨਾ ਬੰਦੇ ਤੇ ਯਕੀਨ ਆ ਲੋਕ ਤੇ ਨਹੀਂ ਯਕੀਨ ਹੈਗਾ ਆਈ ਡੋਟ ਨੋ ਤੂੰ ਕਿਉਂ ਜੀ ਆ ਐਂਡ ਵੀ ਤੇਰੇ ਪਿੰਡ ਸੈਦਵਾਂ ਦੇ ਵਿੱਚ ਅੱਜ ਸਵੇਰ ਨੂੰ ਫੋਨ ਕਰਕੇ ਵੇਖੀ ਸਾਰੇ ਲਾਂਟ ਤਾਂ ਪਾਉਣਗੇ ਕਿ ਪ੍ਰਵੀਨ ਇਹੋ ਜਿਹੀ ਕੁੜੀ ਆ ਜੋ ਕਿਸੇ ਨੂੰ ਗੱਲ ਨਹੀਂ ਸੁਣਦੀ ਸੀ ਸਾਰੇ ਸ਼ਹਿਰ ਦੇ ਵਿੱਚ ਸੈਦਵਾਂ ਮੈਨੂੰ ਤਾਂ ਪਤਾ ਨੀ ਇਹ ਵੀ ਉਦਾਂ ਹੀ ਕਰੀ ਜਾਂਦੀ ਹੈ ਵੀ ਮੈਨੂੰ ਨਹੀਂ ਪਤਾ ਜੀ ਮੈਨੂੰ ਇਹ ਆਪਣੇ ਡੈਡੀ ਦੀ ਮੰਨਦੇ ਨਾ ਇਹਦੇ ਡੈਡੀ ਫੋਨ ਚੱਕਦੇ ਜੀ ਇਹਦੇ ਡੈਡੀ ਨੇ ਕਿਹਾ ਇਹਨੂੰ ਮੈਂ ਤੁਹਾਨੂੰ ਦੱਸਦਾ ਹੈਗਾ ਇਹਨਾਂ ਦੇ ਡੈਡੀ ਨੇ ਕਿਹਾ ਵੀ ਤੂੰ ਉਹਦਾ ਨਾਮ ਪੁੱਛਣਾ ਨਾਮ ਪੁੱਛਣਾ ਮੰਮੀ ਕਿਹੜਾ ਚੱਕ ਰੋਲ ਜੀ ਇਹਦਾ ਮੁੰਡੇ ਨੇ ਸੌ ਖਾ ਗੱਲ ਕਰੋ ਇਹਨੂੰ ਸੌ ਮੁੰਡੇ ਨੇ ਕਿਹਾ ਖਾਏ ਜੋ ਤੇ ਤੇ ਉਹਨੇ ਗੱਲ ਤੈਨੂੰ ਨਹੀਂ ਆਖੀ ਓਕੇ ਫਾਈਨ ਨੰਬਰ 3 ਕਾਲ ਪਲੀਜ਼ ਗੁਰੂ ਗ੍ਰੰਥ ਸਾਹਿਬ ਜੀ ਸੌ ਖਾ ਅਸੀਂ ਭੈਣ ਮੇਰੀ ਤੈਨੂੰ ਮਾੜਾ ਚੰਗਾ ਕਹਿਣ ਵਾਸਤੇ ਨਹੀਂ ਅਸੀਂ ਤੇਰੇ ਕਾਲਾਂ ਲਾਉਂਦੇ ਇਹ ਬਾਸੀ ਦਾ ਬਹੁਤ ਤਗੜਾ ਸ਼ੋਅ ਪ੍ਰੋਗਰਾਮ ਆ ਪਤਾ ਨੀ ਲੱਖਾਂ ਕਰੋੜਾਂ ਤੈਨੂੰ ਲੋਕ ਇਸ ਵੇਲੇ ਸੁਣ ਰਹੇ ਆ ਜੋ ਤੈਨੂੰ ਬਾਸੀ ਸਰ ਕਹਿੰਦੇ ਇਹਨਾਂ ਦੀ ਗੱਲ ਧਿਆਨ ਨਾਲ ਸੁਣ ਲੈ ਭੈਣ ਮੇਰੀਏ ਤੇਰੇ ਫਿਊਚਰ ਚ ਕੰਮ ਆਉਣਗੇ ਤੈਨੂੰ ਅਸੀਂ ਮਾੜਾ ਚੰਗਾ ਕਹਿਣ ਵਾਸਤੇ ਨੀ ਤੈਨੂੰ ਅਸੀਂ ਇੱਥੇ ਵੀ ਕਾਲਾਂ ਵਾਰ ਵਾਰ ਕਰਦੇ ਇਹ ਕੁਛ ਤੇਰੇ ਫਿਊਚਰ ਸੋਚ ਲਾ ਬਾਰੇ ਸੋਚ ਲਾ ਮੈਂ ਸੋਚ ਕੇ ਤੁਹਾਨੂੰ ਦੱਸੂਗੀ ਹਜੇ ਮੈਂ ਨਹੀਂ ਸੋਚ ਸਕਦੀ ਹੈਗੀ ਮੈਂ ਤੁਹਾਨੂੰ ਹੁਣੇ ਸੋਚ ਕੇ ਦੱਸਦੀ ਕੋਈ ਗੱਲ ਨਹੀਂ ਬਾਅਦ ਚੋਂ ਫੈਸਲਾ ਕਰਕੇ ਦੱਸਦੀ ਮੈਂ ਤੈਨੂੰ ਹੁਣੇ ਥੋੜਾ ਦੇਣਾ ਤੂੰ ਦੱਸਦਾ ਕਿੰਨੇ ਟਾਈਮ ਤੱਕ ਸੋਚ ਸਕਦੀ ਆ ਪ੍ਰਵੀਨ ਤੁਸੀਂ ਇੱਕ ਚੀਜ਼ ਨੋਟ ਕਰ ਲਿਓ ਮੈਂ ਤੁਹਾਡੇ ਫਾਦਰ ਨਾਲ ਗੱਲ ਕਰਾਂਗਾ ਤੁਹਾਡੀ ਮਦਰ ਨਾਲ ਗੱਲ ਕਰੂੰਗਾ ਤੁਹਾਡੀ ਜਿਹਨੇ ਤੁਹਾਨੂੰ ਜਨਮ ਦਿੱਤਾ ਉਹਨਾਂ ਨਾਲ ਗੱਲ ਕਰੂੰਗਾ ਉਹਨਾਂ ਗੱਲ ਇਹ ਕਰਨੀ ਆ ਕਿ ਤੁਹਾਨੂੰ ਉਹਨਾਂ ਨੇ ਅਕਲ ਕਿੰਨੀ ਕੁ ਦਿੱਤੀ ਆ ਚਾਰ ਬੱਚੇ ਹਰੇਕ ਮਹੀਨੇ ਸਾਲ ਬਾਅਦ ਬੱਚਾ ਪੈਦਾ ਕੀਤਾ ਆ ਬੜੀ ਚੰਗੀ ਗੱਲ ਹੈ ਸੋ ਤੁਸੀਂ ਇਹ ਨੀ ਸਮਝ ਰਹੇ ਕਿ ਜ਼ਿੰਮੇਵਾਰੀ ਬੱਚਿਆਂ ਪ੍ਰਤੀ ਤੁਹਾਡੀ ਕੀ ਹੈ ਜਿਸ ਔਰਤ ਨੂੰ ਇਹ ਨੀ ਪਤਾ ਕਿ ਮੇਰੀਆਂ ਧੀਆਂ ਵਿਆਹਣ ਵਾਲੀਆਂ ਔਰ ਮੇਰੇ ਕੋਲ ਚਾਰ ਬੱਚੇ ਆ ਇਹ ਨੀ ਔਰਤ ਨੂੰ ਪਤਾ ਕਿੰਨਾ ਸਮਾਂ ਹੋ ਗਿਆ ਮੈਨੂੰ ਮਿਲਿਆ ਨੂੰ ਗੱਲ ਕੀਤੀ ਨੂੰ ਸਵਾਹ ਆ ਇਹੋ ਜਿਹੇ ਮਾਂ ਦੇ ਉਹ ਜਦੋਂ ਸਵਾਰੀ ਮੰਨ ਰਿਹਾ ਉਹ ਸਵਾਰੀ ਕਹਿ ਰਿਹਾ ਮੁੰਡੇ ਮਿਲਦੇ ਰਹੇ ਮੁੰਡੇ ਮਿਲਦੇ ਰਹੇ ਸਾਰੇ ਮੁੰਡੇ ਇੱਥੇ ਰਹਿੰਦੇ ਨੇ ਮੈਂ ਮੁੰਡਾ ਨੀ ਦੇ ਸਕਦਾ ਕੁੜੀ ਵਾਸਤੇ ਮੈਂ ਖੇਡੀ ਸਕਦਾ ਤੂੰ ਮੇਰੇ ਪੇਪਰ ਬਣਾਉਂਗੀ ਮੈਂ ਨਾ ਤਾਂ ਇੰਡੀਆ ਜਾ ਸਕਦਾ ਮੈਂ ਕੰਮ ਕਰ ਤੂੰ ਮੈਨੂੰ ਬੰਨ ਕੇ ਬਿਠਾ ਲਿਆ ਉੱਥੇ ਪਤਾ ਨੀ ਕੀ ਲਿਖਾਇਆ ਐਨੀਵੇ ਟਾਈਮ ਇਜ਼ ਓਵਰ ਪ੍ਰਵੀਨ ਮਾਤਾ ਪਿਤਾ ਨਾਲ ਤੁਸੀਂ ਗੱਲ ਕਰਕੇ ਆਪਣੇ ਹਸਬੈਂਡ ਦਾ ਤੁਹਾਡੇ ਕੋਲ ਨੰਬਰ ਹੈ ਉਹਨਾਂ ਨੂੰ ਕਾਲ ਕਰੋ ਤੇ ਆਪਣੀ ਜ਼ਿੰਦਗੀ ਦੇ ਜੀਵਨ ਦੁਆਰਾ ਬਤੀਤ ਕਰੋ ਚਲੋ ਠੀਕ ਹੈ ਭਾਜੀ ਓਕੇ ਆਪਣੇ ਮੈਂ ਕੰਮ ਕਰਦੀ ਹਾਂ ਹੁਣ ਤੁਸੀਂ ਮੇਰੇ ਮੰਮੀ ਡੈਡੀ ਨਾਲ ਗੱਲ ਕਰ ਲਿਓ ਜੇ ਕਰ ਸਕਦੇ ਕੱਲ ਨੂੰ ਮੈਨੂੰ ਕੰਮ ਦੀ ਪਈ ਆ ਗੱਲ ਸੁਣ ਲਈ ਨਹੀਂ ਹੁੰਦੀ ਆ ਕੰਮ ਕੀ ਕਰਨਾ ਇੱਕ ਗੁੜੀ ਦਾ ਮੈਂ ਇੱਕ ਇੱਕ ਵਾਰੀ ਮੈਨੂੰ ਦੱਸੋ ਤੁਸੀਂ ਆਪਣਾ ਘਰ ਵਸਾਉਣਾ ਚਾਹੁੰਦੇ ਜਾਂ ਨਹੀਂ ਨਹੀਂ ਮੈਨੂੰ ਹੈ ਤੇ ਬਾਰੇ ਹਜੇ ਕੁਝ ਨਹੀਂ ਪਤਾ ਹੈਗਾ ਨਹੀਂ ਮੈਂ ਤੁਸੀਂ ਆਪਣੇ ਘਰ ਤੁਸੀਂ ਆਪਣੇ ਆਦਮੀ ਦਾ ਰਹਿਣਾ ਜਾਂ ਨਹੀਂ ਰਹਿਣਾ
ਪਤਾ ਨੀ ਹੈਗਾ ਜਦੋਂ ਅਸੀਂ ਇਕੱਠੇ ਹੋਵਾਂਗੇ ਸਾਰੇ ਬੱਚੇ ਵੀ ਨਿਕਲਣ ਦੇ ਬਾਅਦ ਫੇਰ ਮੈਂ ਇਕੱਲੀ ਨੀ ਰਹਿ ਸਕਦੀ ਇਹਨਾਂ ਦੇ ਨਾਲ। ਨਹੀਂ ਤੁਸੀਂ ਵਿਆਹ ਓ ਮਾਈ ਗੋਡ ਕਿਹੋ ਪੱਥਰ ਕਮਾਲ ਦੀ ਹੈ ਪ੍ਰਵੀਨ। ਬੱਚੇ ਕਾਹਦੇ ਜਵਾੜੇ ਵੇ ਜੀ, ਕਿਹੜੇ ਅੰਡਿਆਂ ਚੋਂ ਨਿਕਲਣਾ ਉਹਨਾਂ ਨੇ ਵੀ ਉਹਨਾਂ ਨੂੰ ਪੁੱਛਣਾ ਦੁਬਾਰੇ। ਬੱਚੇ ਜਿਹੜੇ ਜੇਲ੍ਹ ਚ ਬੰਦ ਹੈ ਬੱਚੇ ਨਿਕਲ ਸਕਦੇ ਭਾਜੀ, ਬੱਚੇ ਨਿਕਲ ਸਕਦੇ ਆ। ਨਹੀਂ ਨਹੀਂ ਔਰਤ ਪਾਗਲ ਹੈ, ਬੱਚੇ ਬਾਹਰ ਆ ਸਕਦੇ ਹਨ ਜੇ ਨਾ ਚੱਲੇ। ਇਹ ਪਾਗਲ ਔਰਤ ਹੈ, ਸੋ ਆਈ ਐਮ ਬੇਸਟਿੰਗ ਟਾਈਮ। ਆਮ ਸੋਰੀ ਕੋਈ, ਮੈਂ ਉੱਤੇ ਰਹਿੰਦੀ ਆ, ਮੇਰੇ ਪੈ ਆਮ ਬੇਸਟਿੰਗ ਟਾਈਮ ਪਲੀਜ਼ ਸ਼ਟ ਡਾਊਨ ਕਰ ਦੋ ਰਾਈਟ ਵੇ। ਮੇਰਾ ਦਿਮਾਗ ਜਿਹੜਾ ਆ, ਫੌਰਨ ਐਂਬੂਲੈਂਸ ਮੰਗਾਓ ਮੇਰੇ ਵਾਸਤੇ ਪਲੀਜ਼।